ਮੇਰੇ ਨਾਲ ਹੀ ਭਤੀਜਾ ਸੀ ਸਾਡਾ ਤੇ ਬਸ ਰਾਤ ਧਿਆਨਪੁਰ ਮੱਥਾ ਟੇਕਣ ਜਾ ਰਹੇ ਸੀ ਦੂਜ ਤੇ ਤੇ ਆਮਣੇ ਸਾਹਮਣੇ ਐਕਸੀਡੈਂਟ ਹੋਣ ਕਰਕੇ ਤੇ ਜਦੋਂ ਸਾਨੂੰ ਘਰ ਫੋਨ ਆਇਆ ਤੇ ਚੁੱਕ ਕੇ ਮੁੰਡਿਆਂ ਹੋਸਪਿਟਲ ਕੱਢਿਆ ਤੇ ਜਾਂਦਿਆਂ ਨੂੰ ਪੂਰਾ ਜਿਹੜੇ ਨਾਲ ਸੀ ਉਹ ਨਾਲ ਹੀ ਉਹਨਾਂ ਨੂੰ ਮੂਲੀ ਸੱਟਾਂ ਲੱਗੀਆਂ ਨੇ ਭਤੀਜਾ ਸੀ ਮੇਰਾ ਸਾਜੀ ਸ਼ਰਮਾ ਤੇ ਉਹ ਨਾ ਬਸ ਧਿਆਨਪੁਰ ਮੱਥਾ ਟੇਕਣ ਜਾ ਰਹੇ ਸੀ ਤੇ ਉਹ ਅੱਗੋਂ ਸਾਹਮਣੇ ਮੋਟਰਸਾਈਕਲ ਆ ਰਹੇ ਬੜੀ ਤੇਜ਼ ਹੋ ਗਈ ਤੇ ਦੋਵੇਂ ਆਪਸ ਵਿੱਚ ਟਕਰਾਏ ਨੇ ਤੇ ਜਿੰਨਾ ਕਰਕੇ ਉਹ ਸਾਜਨ ਦੀ ਮੌਕੇ ਤੇ ਡੈਥ ਹੋ ਗਈ ਸੜਕ ਤੇ ਵੱਜੇ ਨੇ ਕਿੱਥੇ ਕਿਹੜਾ ਹਾਦਸਾ ਹੈ ਜੀ ਇਹ ਦਾਣਾ ਮੰਡੀ ਦੇ ਅਗਲੇ ਬੰਨੇ ਜੀ ਕਰੀਬ ਚਾਹ ਦੀ ਜਗ੍ਹਾ ਲੱਗੇ ਕੋਈ ਨੀ ਕਾਰਵਾਈ ਕਰਦੇ ਉਹਨਾਂ ਦੀ ਭਾਲ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਫੇਰ ਭੇਜਿਆ ਜਾਏ ਵੱਧ ਤੋਂ ਵੱਧ ਸਾਜ਼ ਦਵਾਈ ਜਾਏ ਇਹ ਸਾਡਾ ਪਹਿਲਾ ਕੰਪਲੇਂਟ ਮੇਰੇ ਨਾਲ ਹੀ ਭਤੀਜਾ ਸੀ ਸਾਡਾ ਅਤੇ ਬਸ ਰਾਤ ਧਿਆਨਪੁਰ ਮੱਥਾ ਟੇਕਣ ਜਾ ਰਹੇ ਸੀ ਦੂਜ ਤੇ ਅਤੇ ਆਮਣੇ ਸਾਹਮਣੇ ਐਕਸੀਡੈਂਟ ਹੋਣ ਕਰਕੇ ਅਤੇ ਜਦੋਂ ਸਾਨੂੰ ਘਰ ਫੋਨ ਆਇਆ ਤੇ ਚੁੱਕ ਕੇ ਮੁੰਡਿਆਂ ਹੋਸਪਿਟਲ ਕੱਢਿਆ ਤੇ ਜਾਂਦਿਆਂ ਨੂੰ ਪੂਰਾ ਜਿਹੜੇ ਨਾਲ ਸੀ ਉਹ ਨਾਲ ਹੀ ਉਹਨਾਂ ਨੂੰ ਮੂਲੀ ਸੱਟਾਂ ਲੱਗੀਆਂ ਨੇ ਹਾਂਜੀ ਭਤੀਜਾ ਸੀ ਮੇਰਾ ਸਾਜੀ ਸ਼ਰਮਾ ਤੇ ਉਹ ਨਾ ਬਸ ਧਿਆਨਪੁਰ ਮੱਥਾ ਟੇਕਣ ਜਾ ਰਹੇ ਸੀ ਤੇ ਉਹ ਅੱਗੋਂ ਸਾਹਮਣੇ ਮੋਟਰਸਾਈਕਲ ਆ ਰਹੇ ਬੜੀ ਤੇਜ਼ ਹੋ ਗਈ ਤੇ ਦੋਵੇਂ ਆਪਸ ਵਿੱਚ ਟਕਰਾਏ ਨੇ ਤੇ ਜਿੰਨਾ ਕਰਕੇ ਉਹ ਸਾਜਨ ਦੀ ਮੌਕੇ ਤੇ ਡੈਥ ਹੋ ਗਈ ਸੜਕ ਤੇ ਵੱਜੇ ਨੇ ਕਿੱਥੇ ਕਿਹੜਾ ਹਾਦਸਾ ਹੈ ਜੀ ਇਹ ਦਾਣਾ ਮੰਡੀ ਦੇ ਅਗਲੇ ਬੰਨੇ ਜੀ ਕਰੀਬ ਚਾਹ ਦੀ ਜਗ੍ਹਾ ਲੱਗੇ ਕੋਈ ਨੀ ਕਾਰਵਾਈ ਕਰਦੇ ਉਹਨਾਂ ਦੀ ਭਾਲ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਫੇਰ ਭੇਜਿਆ ਜਾਏ ਵੱਧ ਤੋਂ ਵੱਧ ਸਾਜ਼ ਦਵਾਈ ਜਾਏ ਇਹ ਸਾਡਾ ਪਹਿਲਾ ਕੰਪਲੇਂਟ ਮੇਰੇ ਨਾਲ ਹੀ ਭਤੀਜਾ ਸੀ ਸਾਡਾ ਅਤੇ ਬਸ ਰਾਤ ਧਿਆਨਪੁਰ ਮੱਥਾ ਟੇਕਣ ਜਾ ਰਹੇ ਸੀ ਦੂਜ ਤੇ ਅਤੇ ਆਮਣੇ ਸਾਹਮਣੇ ਐਕਸੀਡੈਂਟ ਹੋਣ ਕਰਕੇ ਤੇ ਜਦੋਂ ਸਾਨੂੰ ਘਰ ਫੋਨ ਆਇਆ ਤੇ ਚੁੱਕ ਕੇ ਮੁੰਡਿਆਂ ਹੋਸਪਿਟਲ ਕੱਢਿਆ ਤੇ ਜਾਂਦਿਆਂ ਨੂੰ ਪੂਰਾ ਜਿਹੜੇ ਨਾਲ ਸੀ ਉਹ ਨਾਲ ਹੀ ਉਹਨਾਂ ਨੂੰ ਮੂਲੀ ਸੱਟਾਂ ਲੱਗੀਆਂ ਨੇ ਹਾਂਜੀ ਭਤੀਜਾ ਸੀ ਮੇਰਾ ਸਾਜੀ ਸ਼ਰਮਾ ਤੇ ਉਹ ਨਾ ਬਸ ਧਿਆਨਪੁਰ ਮੱਥਾ ਟੇਕਣ ਜਾ ਰਹੇ ਸੀ